ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਅਰਬਨ ਪੇਂਡੂ ਯੂਟਿਊਬ ਚੈਨਲ। ਅੱਜ ਮੈਂ ਹਾਜ਼ਰ ਹੋਇਆ ਇੱਕ ਹੋਰ ਨਵੀਂ ਵੀਡੀਓ ਦੇ ਕੇ। ਇੱਕ ਮਿੰਟ ਆਪਣਾ, ਅੱਜ ਬਾਹਰ ਮੌਸਮ ਹੈਗਾ ਵੈਸੇ ਧੁੱਪ ਵਾਲਾ, ਅੱਜ ਬਾਹਰ ਧੁੱਪ ਹੈ। ਤਿੰਨ ਚਾਰ ਦਿਨਾਂ ਤੋਂ ਬੱਦਲ ਧੋਖਾ ਦੇ ਰਿਹਾ ਤਾ ਪਰ ਮੀਂਹ ਨਹੀਂ ਸੀ ਪਾ ਰਿਹਾ, ਅਤੇ ਖੀਰ ਪੂੜੇ ਖਾਣ ਦਾ ਮੇਰਾ ਬਹੁਤ ਜੀ ਕਰ ਰਿਹਾ ਤਾ, ਅਤੇ ਮੈਂ ਕਿਹਾ ਵੀ ਬਸ ਹੁਣ ਤਾਂ ਗਰਾਰੀ ਹੈ, ਅੱਜ ਖੀਰ ਪੂੜੇ ਖਾਣੇ ਹੀ ਖਾਣੇ, ਚਾਹੇ ਜਿੰਨੀ ਮਰਜ਼ੀ ਗਰਮੀ ਹੈ। ਅਤੇ ਹੁਣ ਖੀਰ ਪੂੜੇ ਵਾਲੀ ਵੀਡੀਓ ਵੀ ਦਿਖਾਉਂਗੇ, ਅਤੇ ਹੁਣ ਕਹਿ ਕੇ ਦੇਖਦੇ ਹਾਂ ਮੰਮੀ ਨੂੰ, ਜੇ ਬਣਾਉਂਦੇ ਹਾਂ ਤਾਂ ਖੀਰ ਪੂੜੇ ਵਾਲੀ ਵੀਡੀਓ ਵੀ ਇੰਜੋਏ ਕਰਿਓ। ਅਤੇ ਜਿਵੇਂ ਮੈਂ ਕਹਿੰਦਾ ਹੁੰਦਾ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਲ ਨੂੰ ਦੱਬ ਕੇ ਗ੍ਰੇ ਕਰ ਲਿਓ। ਸੋ ਕਰਦੇ ਹਾਂ ਵੀਡੀਓ ਸ਼ੁਰੂ। ਸੋ ਹੁਣ ਆਪਣੇ ਬਰਤਨ ਦੇ ਵਿੱਚ ਆਪਾਂ ਦੋ ਬਾਟੀਆਂ ਆਟੇ ਦੀਆਂ ਪਾ ਲਈਆਂ, ਤਾਂ ਕਿ ਆਪਾਂ ਹੁਣ ਪੂੜੇ ਬਣਾ ਰਹੇ ਹਾਂ। ਹੁਣ ਆਪਣਾ ਪੈ ਰਿਹਾ ਹੈ ਆਟਾ। ਹੁਣ ਆਪਾਂ ਇਹਦੇ 'ਚ ਪਾਉਣਾ ਹੈ ਪਾਣੀ। ਇਹ ਪਾਣੀ 'ਚ ਆਪਾਂ ਗੁੜ ਘੋਲ ਕੇ ਰੱਖਿਆ ਹੋਇਆ, ਇਹ ਕਾਫੀ ਟਾਈਮ ਪਹਿਲਾਂ ਰੱਖਣਾ ਪੈਂਦਾ ਤਾਂ ਕਿ ਫਿਰ ਇਹਦੇ 'ਚ ਗੁੜ ਘੁਲ ਜੇ ਅਤੇ ਇਹ ਮਿੱਠਾ ਪਾਣੀ ਬਣ ਜੇ। ਆਪਾਂ ਇਹਦੇ ਥੋੜ੍ਹਾ ਥੋੜ੍ਹਾ ਪਾ ਕੇ ਮਿਕਸ ਕਰੀ ਜਾਣਾ, ਥੋੜ੍ਹਾ ਹੋਰ ਪਾ ਲੈਣਾ ਆਪਾਂ, ਅਤੇ ਆਪਾਂ ਇਹ ਯਾਦ ਰੱਖਣਾ ਵੀ ਇਹਦੇ 'ਚ ਗੱਠਾ ਨਾ ਪੈਣ, ਇਹ ਇੱਕਦਮ ਪਲੇਨ ਰਹੇ ਅਤੇ ਇੱਕ ਬੈਟਰ ਬਣ ਜੇ, ਤਾਂ ਕਿ ਫਿਰ ਆਪਾਂ ਪੂੜੇ ਬਣਾ ਸਕੀਏ। ਅਤੇ ਹੁਣ ਆਪਾਂ ਪਾ ਰਹੇ ਇਹਦੇ 'ਚ ਸੌਂਫ, ਜਿਹੜਾ ਕਿ ਇਹਦਾ ਮੇਨ ਇਨਗਰੀਡੀਅੰਟ ਹੈ, ਇਹਦੇ ਨਾਲ ਇਹਦਾ ਸਵਾਦ ਹੋਰ ਆ ਜਾਂਦਾ। ਸੋ ਹੁਣ ਬਸ ਇਹ ਮਿਕਸ ਕਰ ਦਿਓ, ਬਹੁਤ ਹੈ, ਕਰੋ ਕਰੋ। ਹੁਣ ਆਪਾਂ ਇਹਦੇ ਪਰ ਥੋੜ੍ਹਾ ਥੋੜ੍ਹਾ ਸਰ੍ਹੋਂ ਦਾ ਤੇਲ ਪਾ ਰਹੇ ਹਾਂ, ਤਾਂ ਕਿ ਫਿਰ ਜਿਹੜਾ ਆਪਣਾ ਪੂੜੇ ਦਾ ਜਿਹੜਾ ਬੈਟਰ ਹੈ, ਜੇ ਆਪਾਂ ਉਹਨੂੰ ਫੈਲਾਉਂਗੇ ਤਾਂ ਕਿ ਫਿਰ ਉਹ ਸਟਿੱਕ ਨਾ ਹੋ ਜਾਵੇ ਤਵੇ ਦੇ ਨਾਲ। ਹੁਣ ਆਪਾਂ ਬੈਟਰ ਨੂੰ ਹੌਲੀ ਹੌਲੀ ਪਾ ਰਹੇ ਹਾਂ, ਨਾਲੇ ਆਪਾਂ ਇਹਨੂੰ ਈਵਨ ਫੈਲਾਈ ਜਾਣਾ ਤਾਂ ਕਿ ਫਿਰ ਇਹ ਸਟਿੱਕ ਨਾ ਹੋਵੇ। ਦੇਖ ਲਓ, ਸੋ ਮੈਂ ਤਾਂ ਦੇਖ ਕੇ ਮੂੰਹ 'ਚ ਪਾਣੀ ਆਉਣ ਲੱਗ ਗਿਆ, ਬਾਕੀ ਪਤਾ ਨਹੀਂ ਫਿਰ ਖਾਣ ਲੱਗੇ ਕਿਆ ਹੋਊਗਾ। ਅਤੇ ਆਪਾਂ ਇੱਕ ਚੀਜ਼ ਨੋਟ ਕਰਨੀ ਆ ਵੀ ਗੈਸ ਹਮੇਸ਼ਾ ਸਿਮ 'ਤੇ ਰੱਖਣੀ ਜਦ ਵੀ ਪੂੜਾ ਬਣਾ ਰਹੇ ਹੁੰਦੇ ਆ। ਸੋ ਹੁਣ ਆਪਣਾ ਪੂੜਾ ਬਣ ਰਿਹਾ, ਅਤੇ ਦੇਖੋ ਫਿਰ ਗੱਲ ਕਰ ਰਿਹਾ। ਅਤੇ ਆਪਣਾ ਪਹਿਲਾ ਪੂੜਾ ਆਲਮੋਸਟ ਰੈਡੀ ਹੋ ਚੁੱਕਿਆ। ਸੋ ਹੁਣ ਇਹ ਤੋਂ ਬਾਅਦ ਹੋਰ ਵੀ ਪੂੜੇ ਬਣਨਗੇ, ਉਹਨਾਂ ਦੀਆਂ ਤੁਸੀਂ ਟਾਈਮ ਲੈਪਸ ਦੇਖੋਗੇ ਅੱਗੇ। ਦੇਖੋ ਹੁਣ ਦੇਖ ਲਓ, ਇਹਦਾ ਬਰਾਊਨ ਬਰਾਊਨ ਰੰਗ ਆਉਣ ਲੱਗ ਗਿਆ ਥੋੜ੍ਹਾ ਥੋੜ੍ਹਾ। ਆਪਣੇ ਹੋ ਗਏ ਸਾਰੇ ਪੂੜੇ ਤਿਆਰ, ਤੇ ਹੁਣ ਆਪਾਂ ਇਹਨੂੰ ਫਟਾਫਟ ਖਾਂਦੇ ਆ ਛੇਤੀ ਛੇਤੀ। ਚਲੋ ਤਾਂ ਚਲੋ ਜੀ, ਹੁਣ ਆਪਾਂ ਖਾਂਦੇ ਆ ਖੀਰ ਪੂੜੇ, ਤੇ ਫਿਰ ਦੱਸਦੇ ਆ ਕਿਵੇਂ ਦੇ ਬਣੇ ਆ ਇਹ। ਬਹੁਤ ਸਵਾਦ ਬਣ ਗਏ, ਨਾਲੇ ਥੋੜ੍ਹੇ ਫਲੱਫੀ ਜਿਹੇ ਵੀ ਲੱਗੇ ਮੈਨੂੰ, ਵਧੀਆ ਬਣ ਗਏ। ਸੋ ਮੈਂ ਹੁਣ ਕੈਮਰੇ ਦੇ ਮੂਹਰੇ ਨਹੀਂ ਖਾਣੇ, ਕਿਉਂਕਿ ਹੁਣ ਆਪਾਂ ਹੜ ਲਿਆ ਦੇਣੇ ਆ। ਸੋ ਹੁਣ ਕੈਮਰਾ ਬੰਦ ਕਰਦੇ ਹਾਂ ਆਪਾਂ। ਲਓ ਜੀ, ਖੀਰ ਪੂੜੇ ਹੁਣ ਆਪਾਂ ਖਾ ਲਏ, ਅਤੇ ਮੈਨੂੰ ਖਾ ਕੇ ਬਹੁਤ ਮਜ਼ਾ ਆਇਆ। ਸੋ ਹੁਣ ਖੀਰ ਦਾ ਮੈਂ ਰਿਵਿਊ ਦੇਣਾ ਭੁੱਲ ਗਿਆ ਸੀਗਾ, ਖੀਰ ਬਣੀ ਸੀਗੀ ਅਲਟੀਮੇਟ,
ਤੇ ਮੈਨੂੰ ਹੁਣੀ ਮੰਮੀ ਨੇ ਦੱਸਿਆ ਵੀ ਜਿਹੜੀ ਇਹ ਖੀਰ ਹੈ ਖੀਰ ਪੂੜੇ ਦਾ ਕੰਬੀਨੇਸ਼ਨ ਹੈ ਇਹ ਮੀਂਹ ਦੇ ਮੌਸਮ 'ਚ ਪਿੰਡਾਂ 'ਚ ਬਹੁਤ ਫੇਮਸ ਮੰਨਿਆ ਜਾਂਦਾ ਅਤੇ ਮੈਨੂੰ ਆਪਾਂ ਐਤਕੀ ਸ਼ਹਿਰ 'ਚ ਵੀ ਖਾ ਲਿਆ ਸੋ ਮੈਨੂੰ ਵਧੀਆ ਲੱਗਿਆ ਅਤੇ ਜੇ ਤੁਹਾਨੂੰ ਮੇਰਾ ਫੂਡ ਵਲੋਗ ਵਧੀਆ ਲੱਗਿਆ ਤਾਂ ਕਮੈਂਟ 'ਚ ਦੱਸਿਓ ਅਤੇ ਜੇ ਤੁਸੀਂ ਹੋਰ ਕੋਈ ਨਵੀਂ ਫੂਡ ਆਈਟਮ ਦਾ ਵਲੋਗ ਦੇਖਣਾ ਚਾਹੁੰਦੇ ਤਾਂ ਉਹ ਵੀ ਦੱਸ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਨੂੰ ਸਬਸਕ੍ਰਾਈਬ ਨੂੰ ਲਾਲ ਤੋਂ ਗ੍ਰੇ ਕਰ ਲਿਓ ਸੋ ਮਿਲਦੇ ਆ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਬਾਏ।